ਕੀ ਕੰਸੋਲੀਡੇਟ ਡੂਇੰਗ ਦ ਰਾਊਂਡ ਔਨ ਦ ਬੇਸ ਨਹੀਂ ਉਹ ਸਾਰਾ ਰਾਣਾ ਗੁਰਜੀਤ ਸਿੰਘ ਜਾਣ ਬੁੱਝ ਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਇਹ ਅੱਜ ਵੀ ਉਹਨਾਂ ਦੇ ਇੰਪਲੋਈਜ਼ ਨੇ ਸਿਰਫ ਉਹਨਾਂ ਦੇ ਕੰਪਨੀਆਂ ਉਹਨਾਂ ਦੀ ਘਰੇਲੂ ਨੇ ਉਹਦੇ 'ਚ ਉਹਨਾਂ ਨੇ ਬੈਕ ਡੇਟ ਵਿੱਚ ਦਿਖਾਤਾ ਕਿ ਅਸੀਂ ਇੰਪਲੋਈਜ਼ ਕੱਢ ਦਿੱਤੇ ਨੇ ਅੱਜ ਵੀ ਉਹਨਾਂ ਦੇ ਇੰਪਲੋਈਜ਼ ਨੇ ਔਰ ਇਹਨਾਂ ਦੇ ਇੰਪਲੋਈਜ਼ ਦੀਆਂ ਇਨਕਮ ਟੈਕਸ ਰਿਟਰਨਸ ਅਸੀਂ ਕਢਾ ਲਈਆਂ ਨੇ ਅਮਿਤ ਬਹਾਦੁਰ ਜਿਹੜਾ ਨੇਪਾਲੀ ਉਹਨਾਂ ਦਾ ਖਾਨਸਾਮਾ ਹੈ ਉਸ ਦੀ 2014-15 ਦੀ ਬਲਕਿ 3 ਸਾਲਾਂ ਦੇ ਵਿੱਚ ਉਹਨਾਂ ਦੀ ਇਨਕਮ ਟੈਕਸ ਰਿਟਰਨ ਦੱਸਦੀ ਆ ਕਿ ਉਹਨਾਂ ਨੇ ਹਰ ਸਾਲ 90-95 ਹਜ਼ਾਰ ਰੁਪਏ ਦੇ ਟੈਕਸ ਭਰੇ ਨੇ ਦੀ ਰਿਟਰਨ ਭਰੀ ਆ ਔਰ ਉਹਦੇ 'ਚ ਉਹਨਾਂ ਨੂੰ ਰਿਫੰਡ ਵੀ ਮਿਲਦਾ ਰਿਹਾ ਜਿਹੜਾ ਆਦਮੀ ਜਿਸ ਦੀ ਸੈਲਰੀ 11,706 ਰੁਪਈਏ ਆ ਪ੍ਰਤੀ ਮਹੀਨੇ ਦੀ ਜਿਸ ਦੇ ਅਕਾਊਂਟ ਵਿੱਚ ਇੱਕ ਸਮੇਂ 4,800 ਰੁਪਈਆ ਹੈ ਕੇਵਲ ਕਿ ਉਹ ਆਦਮੀ 26-26 ਕਰੋੜ ਦੀ ਖੱਡ ਦੀ ਨਿਲਾਮੀ ਲਾ ਸਕਦਾ ਔਰ 13.5 ਕਰੋੜ ਰੁਪਈਆ ਕੀ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾ ਸਕਦਾ ਇੱਥੇ ਸਾਡੀ ਇਸ ਇਹਨਾਂ ਇਸ਼ੂਜ਼ ਦੇ ਕਰਕੇ ਅਸੀਂ ਕਹਿ ਰਹੇ ਕਿ ਹੁਣ ਇਨਕੁਆਇਰੀ ਦੀ ਬਹੁਤ ਜ਼ਿਆਦਾ ਲੋੜ ਆ ਵਿਜੀਲੈਂਸ ਇਨਕੁਆਇਰੀ ਹੋ ਜਾਵੇ ਪੰਜਾਬ ਪੁਲਿਸ ਇਨਕੁਆਇਰੀ ਕਰ ਲਵੇ ਕੋਈ ਏਜੰਸੀ ਇਨਕੁਆਇਰੀ ਕਰ ਲਵੇ ਅਤੇ ਇਹ 24 ਘੰਟਿਆਂ 'ਚ ਸਟੈਬਲਿਸ਼ ਹੋ ਜੂਗਾ ਕਿ ਅਮਿਤ ਬਹਾਦੁਰ ਦੇ ਕੋਲ 13.5 ਕਰੋੜ ਰੁਪਈਆ ਕਿੱਥੋਂ ਆਇਆ ਵਾ ਔਰ ਸਾਡਾ ਇਹ ਮੰਨਣਾ ਵਾ ਕਿ ਇਹ ਸਾਰੇ ਪੈਸੇ ਚਾਰੇ ਇੰਪਲੋਈਜ਼ ਦੇ ਜਿਹੜੇ ਮਾਈਨਿੰਗ ਦੇ ਕੰਮ 'ਚ ਜਮ੍ਹਾਂ ਕਰਾਏ ਨੇ ਇਹ ਰਾਣਾ ਗੁਰਜੀਤ ਸਿੰਘ ਦੇ ਨੇ ਭਾਵਾਂਕੇ ਉਹਨਾਂ ਨੇ ਕਹਿਤਾ ਕਿ ਕੈਪਟਨ ਰੰਧਾਵਾ ਦੇ ਕੋਲ ਚਲੇ ਗਏ ਨੇ ਸਾਰੇ ਇੰਪਲੋਈਜ਼ ਲੇਕਿਨ ਉਹਨਾਂ ਦੇ ਡਿਨਾਇਲ ਦੇ ਵਿੱਚ ਐਡਮਿਟੈਂਸ ਬਹੁਤ ਜ਼ਿਆਦਾ ਵਾ ਉਹਨਾਂ ਨੇ ਮੰਨਿਆ ਕਿ ਸਾਰੇ ਇੰਪਲੋਈਜ਼ ਮੇਰੇ ਸੀਗੇ ਉਹਨਾਂ ਨੇ ਮੰਨਿਆ ਕਿ ਕੈਪਟਨ ਰੰਧਾਵਾ ਅਤੇ ਅਸੀਂ ਸਾਰੇ ਦੇ ਸਾਰੇ ਬਾਜਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਜਾਣ ਸੋ ਕੜੀ ਨਾਲ ਕੜੀ ਰਲ ਚੁੱਕੀ ਆ ਔਰ ਇਸ ਨੂੰ ਹੁਣ ਕੇਵਲ ਅਤੇ ਕੇਵਲ ਕੋਈ ਸਰਕਾਰੀ ਇਨਕੁਆਇਰੀ ਹੀ ਇਸਟੈਬਲਿਸ਼ ਕਰ ਸਕਦੀ ਸੱਚ ਨੂੰ ਔਰ ਇਸ ਲਈ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਕਿ ਇਹਦੇ 'ਤੇ ਚੁੱਪੀ ਤੋੜੋ ਔਰ ਇਹਦੇ ਇੰਨਾ ਇੰਪੋਰਟੈਂਟ ਮਾਮਲਾ ਵਾ ਕਿ ਤੁਸੀਂ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਦੇ ਇਲਜ਼ਾਮ ਲਾਉਂਦੇ ਰਹੇ ਹੋ ਕਿ ਤੁਸੀਂ ਰੇਤਾ ਬਜਰੀ ਦਾ ਮਾਫੀਆ ਵਾ ਅਤੇ ਰਾਣਾ ਗੁਰਜੀਤ ਕੀ ਹੈ ਆਪਣੇ ਹੱਥ ਟੋਕਿਆਂ ਦੇ ਜ਼ਰੀਏ ਮਨੀ ਲਾਂਡਰਿੰਗ ਹਵਾਲਾ ਬੇਨਾਮੀ ਟ੍ਰਾਂਜੈਕਸ਼ਨਸ ਕਰਕੇ ਰੇਤਾ ਬਜਰੀ ਦੇ ਵਪਾਰ ਨੂੰ ਉਹ ਹਾਈਜੈਕ ਕਰ ਰਹੇ ਨੇ ਇਹ ਮਾਫੀਆ ਨਹੀਂ ਤਾਂ ਹੋਰ ਕੀ ਆ ਇਸ ਲਈ ਅਮਰਿੰਦਰ ਸਿੰਘ ਤੋਂ ਮੰਗ ਹੈ ਸਾਡੀ ਕਿ ਇੱਕ ਤਾਂ ਇਹਨਾਂ ਨੂੰ ਤੁਰੰਤ ਆਪਣੀ ਕੈਬਨਿਟ 'ਚੋਂ ਡਿਸਮਿਸ ਕਰੋ ਔਰ ਟਾਈਮ ਬਾਉਂਡ ਇਨਕੁਆਇਰੀ ਕਰਕੇ ਇਸਟੈਬਲਿਸ਼ ਕਰੋ ਅਤੇ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਇਹ 13.5 ਕਰੋੜ ਰੁਪਈਆ ਇੱਕ ਨੇਪਾਲੀ ਦੇ ਕੋਲ ਕਿੱਥੋਂ ਆਇਆ ਪੰਜਾਬ ਦੇ ਜ਼ਿਮੀਦਾਰ ਤਾਂ 2-2-3 ਲੱਖ ਰੁਪਈਏ ਦੇ ਪਿੱਛੇ ਆਤਮਹੱਤਿਆ ਕਰ ਰਹੇ ਨੇ 50 ਕਿਸਾਨਾਂ ਨੇ ਕਾਂਗਰਸ ਦੇ ਰਾਜ ਵਿੱਚ ਪਿਛਲੇ 70 ਦਿਨਾਂ ਦੇ ਵਿੱਚ ਆਤਮਹੱਤਿਆ ਕੀਤੀ ਆ ਲੇਕਿਨ ਨੇਪਾਲ ਤੋਂ ਰਹਿਣ ਵਾਲਾ ਇੱਕ ਮੰਤਰੀ ਦਾ ਰਸੋਈਆ ਉਹ 13.5 ਕਰੋੜ ਰੁਪਈਆ ਜਮ੍ਹਾਂ ਕਰਾ ਰਿਹਾ ਇਹ ਤਾਂ ਬੜਾ ਸਾਫ਼ ਸਪਸ਼ਟ ਕੇਸ ਆ ਇਹਦੇ ਵਿੱਚ ਹੁਣ ਕੋਈ ਅੱਗੇ ਕਿਸੇ ਤਰ੍ਹਾਂ ਦੀ ਕੋਈ ਰਹਿ ਨਹੀਂ ਗਈ ਕਸਰ ਰਾਣਾ ਗੁਰਜੀਤ ਸਿੰਘ ਦੇ ਡਿਨਾਇਲਸ ਜਿਹੜੇ ਨੇ ਉਹ ਹੋਰ ਮੰਗ ਕਰਦੇ ਨੇ ਕਿ ਤੁਰੰਤ ਇਨਕੁਆਇਰੀ ਹੋਵੇ ਅਤੇ ਉਹਦੇ 'ਤੇ ਔਰ ਨਾਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਸਾਡੀ ਪਾਰਟੀ ਨੇ ਫੈਸਲਾ ਲਿਆ ਕਿ ਜੇ ਅਗਲੇ 1-2 ਦਿਨ ਦੇ ਵਿੱਚ ਪ੍ਰੋਪਰ ਐਕਸ਼ਨ ਨਾ ਹੋਇਆ ਰਾਣਾ ਗੁਰਜੀਤ ਦੇ ਖਿਲਾਫ਼ ਅਤੇ ਸਾਡੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ MLAs ਮੰਗਲਵਾਰ ਵਾਲੇ ਦਿਨ 30 ਤਾਰੀਖ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ 11 ਵਜੇ ਜਾ ਕੇ ਧਰਨਾ ਦੇਵਾਂਗੇ ਔਰ ਅਗਲਾ ਐਜੀਟੇਸ਼ਨਲ ਪਲਾਨ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੈਅ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਦੇਖੋ ਕੈਪਟਨ ਅਮਰਿੰਦਰ ਸਿੰਘ ਅਗਰ ਹੋਰ ਜ਼ਿਆਦਾ ਸਮਾਂ ਚੁੱਪ ਰਹਿੰਦੇ ਨੇ ਜਾਂ ਇਸ ਮੰਤਰੀ ਨੂੰ ਡਿਫੈਂਡ ਕਰਦੇ ਨੇ ਜਾਂ ਸ਼ੀਲਡ ਕਰਦੇ ਨੇ ਫਿਰ ਤਾਂ ਪੰਜਾਬ ਦੇ ਲੋਕ ਇਹੀ ਸਮਝਣਗੇ ਕਿ ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਮਿਲੇ ਹੋਏ ਨੇ ਕਿਤੇ ਨਾ ਕਿਤੇ ਜੋ ਰਾਣਾ ਗੁਰਜੀਤ ਸਿੰਘ ਗਲਤ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਵਿੱਚ ਫਿਰ ਭਾਈਵਾਲਤਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਿਉਂਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੀਆਂ ਇਲੈਕਸ਼ਨਾਂ 'ਤੇ ਬਹੁਤ ਵੱਡੇ ਰਕਮਾਂ ਖਰਚਦੇ ਰਹੇ ਨੇ ਚਾਹੇ ਉਹ ਪਾਰਲੀਮੈਂਟ ਦੀ ਜ਼ਿਮਨੀ ਚੋਣ ਸੀ ਅੰਮ੍ਰਿਤਸਰ ਤੋਂ ਚਾਹੇ ਉਹਨਾਂ ਦੀਆਂ ਦੂਸਰੀਆਂ ਇਲੈਕਸ਼ਨਾਂ ਜ਼ਿਮਨੀ ਚੋਣਾਂ ਹੋਈਆਂ ਰਾਣਾ ਗੁਰਜੀਤ ਸਿੰਘ ਫੰਡ ਮੈਨੇਜਰ ਰਿਹਾ ਕਾਂਗਰਸ ਪਾਰਟੀ ਦਾ ਇਸ ਲਈ ਜਿੰਨੀ ਦੇਰ ਐਕਸ਼ਨ ਡਿਲੇ ਉਹਨਾਂ ਦੇ ਕਰਨਗੇ ਤਾਂ ਫਿਰ ਉਂਗਲੀਆਂ ਕੈਪਟਨ ਅਮਰਿੰਦਰ ਸਿੰਘ ਵੱਲ ਵੀ ਸਿੱਧੀਆਂ ਸਿੱਧੀਆਂ ਜਾਣ ਲੱਗ ਜਾਣਗੀਆਂ ਉਹਨਾਂ ਨੂੰ ਵੀ ਸਵਾਲ ਪੁੱਛਣੇ ਲੋਕ ਸ਼ੁਰੂ ਕਰ ਦੇਣਗੇ ਰਾਈਟ ਆ ਜਾਓ ਅੰਦਰ ਤੋਂ